ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਰੋਕੋ ਮੁਹਿੰਮ ਤਹਿਤ ਅੱਜ ਰੋਡੇ ਪਿੰਡ ਦੀ ਨਸ਼ਾ ਰੋਕੋ ਕਮੇਟੀ ਵੱਲੋਂ ਨਸ਼ੇੜੀ ਫੜੇ ਗਏ ਜੋ ਕਿ ਲਾਂਘਿਆਣੇ ਤੋਂ ਰੋਡੇ ਪਿੰਡ ਆ ਕੇ ਚਿੱਟਾ ਨਸ਼ਾ ਖਰੀਦ ਰਹੇ ਸਨ, ਜਿੱਥੇ ਕਿ ਪਿੰਡ ਰੋਡੇ ਦਾ ਨਸ਼ਾ ਵੇਚਣ ਵਾਲਾ ਗੋਗੀ ਸਿੰਘ ਮੌਕੇ 'ਤੇ ਫਰਾਰ ਹੋ ਗਿਆ। ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਪੁਲਿਸ ਨੇ ਉਕਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਮਾਲਸਰ ਭੇਜਿਆ ਗਿਆ। ਮੌਕੇ 'ਤੇ ਉਕਤ ਫੜੇ ਗਏ ਨੌਜਵਾਨਾਂ ਕੋਲੋਂ ਚਿੱਟਾ ਨਸ਼ਾ ਵੀ ਬਰਾਮਦ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਹਨਾਂ ਆਰੋਪੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਜਿਹਦਾ ਨਾਂ ਲੈਂਦੇ ਆ ਉਹ ਨਸ਼ੇ ਵਿੱਚ ਉਹਨੂੰ ਫੜਿਆ ਨਹੀਂ ਜੀ, ਅਸੀਂ SHO ਸਾਹਿਬ ਨੂੰ ਨਾਂ ਵੀ ਲਿਖਾ ਕੇ ਆਉਂਦਾ ਉਹਨਾਂ ਦਾ ਅਤੇ ਹੁਣ ਇੱਥੋਂ ਉਹਦਾ ਭੱਜ ਗਿਆ ਜੀ। ਜਿਹਨਾਂ ਨੇ ਲਿਆ ਮੁੰਡੇ ਲੰਘੇ ਨੇ ਜੀ ਦੋ, ਉਹਨਾਂ ਨੂੰ ਹੁਣ ਕਿਹੜਾ ਪੁਲਿਸ ਮੁਲਾਜ਼ਮ ਜਿਹੜੇ ਆਏ ਸੀਗੇ, ਅਸੀਂ DSP ਸਾਹਿਬ ਨੂੰ ਫੋਨ ਕਰਤਾ ਜੀ, SHO ਸਾਹਿਬ ਨੂੰ ਫੋਨ ਕਰਤਾ, ਬਾਈ ਜੰਗ ਜੀ ਤਾਂ ਉਹਨਾਂ ਨੂੰ ਫੋਨ ਲਾਇਆ, ਉਹਨਾਂ ਨੇ ਚੱਕਿਆ ਨਹੀਂ ਗਾ ਉਹਨਾਂ ਨਾਲ ਗੱਲ, ਉਹ ਕਹਿੰਦੇ ਬੀਜੀ ਸੀਗੇ। ਸੋ SSP ਤੂਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹ ਆਪ ਵਿੱਚ ਪੈ ਕੇ ਜਿਹੜੇ ਬੰਦੇ ਹੋਏ ਉਹਨਾਂ ਦੇ ਪਰਚਾ ਦਿੱਤਾ ਜਾਵੇ। ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਜੀ ਪਿਛਲੇ ਦਿਨਾਂ ਤੋਂ ਲੈ ਕੇ, ਇਹ ਬੰਦੇ ਅੱਜ ਫੜੇ ਗਏ। ਇਹ ਵਜ਼ੀਰ ਵੀਰ ਦੇ ਵੱਧਨ ਸਦਕਾ ਅਸੀਂ ਚਾਹੁੰਦੇ ਹਾਂ ਕਮੇਟੀ ਵੱਲੋਂ ਇਹਨਾਂ ਸਖ਼ਤ ਕਾਰਵਾਈ ਕੀਤੀ ਜਾਵੇ, ਚਾਹੇ ਜਿਵੇਂ ਸਾਡੇ ਪਿੰਡ ਦੇ ਦਾ ਨਾਂ ਹੈਗਾ ਜਿਵੇਂ ਲੰਘਿਆਣੇ ਤੋਂ ਲੈਣ ਆਏ ਉਹਦੇ 'ਤੇ ਕਾਰਵਾਈ ਹੋਵੇ, ਸਾਡੇ ਪਿੰਡ ਦੇ 'ਤੇ ਫਿਰ ਉਹ ਜਿੱਥੋਂ ਲੈਂਦਾ ਅਤੇ ਉਹ 'ਤੇ ਹੋਵੇ। ਫਿਰ ਕਮ ਸੇ ਕਮ ਉਹ ਪਿੰਡ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਵੀ ਜਿਹੜਾ ਇਹਦੀ ਜ਼ਮਾਨਤ ਦਿੰਦਾ ਉਹ ਪਹਿਲੀ ਗੱਲ ਤਾਂ ਕੋਈ ਜ਼ਮਾਨਤ ਦੇਵੇ ਨਾ, ਨਹੀਂ ਉਹਦਾ ਦੂਜੇ ਭਾਂਡਾ ਇੱਕ ਤਰ੍ਹਾਂ ਦਾ ਤਿਆਗਣ, ਕਿਉਂਕਿ ਅਸੀਂ ਸਾਰੇ ਮਿਹਨਤ ਕਰਦੇ ਰਹੇ ਜਾਂਦੇ ਹਾਂ, ਇਹ ਆਪਾਂ ਸਮਾਜ ਵਾਸਤੇ ਹੀ ਕਰਦੇ ਕੰਮ ਆਪਣੇ ਪਿੰਡ ਵਾਸਤੇ, ਅਤੇ ਜਦੋਂ ਇਹ ਜੇ ਦੋ ਚਾਰ ਬੰਦੇ ਆ ਜਾਂਦੇ ਆ ਸਾਰੇ ਕੀਤੀ ਕਰਾਈ 'ਤੇ ਪਾਣੀ ਪਾਉਣ ਵਾਲੀ ਗੱਲ ਹੈ। ਅਤੇ ਸਾਰੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਹਾਂ ਵੀ ਉਹ ਕੜੀ ਤੋਂ ਕੜੀ ਸਾਰਿਆਂ ਦੇ ਫੜ ਕੇ ਜਿੰਨੇ ਬੰਦੇ ਬਣਦੇ ਅੱਗੇ ਉਹਨਾਂ 'ਤੇ ਕਾਰਵਾਈ ਕਰਨ, ਅਤੇ ਅੱਗੇ ਜਿਹੜੇ ਤਾਂ ਕਿ ਅੱਗੇ ਤੋਂ ਕੰਟਰੋਲ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।